ਦਿਲਜੀਤ ਦੁਸਾਂਝ ਪੰਜਾਬੀ ਇੰਡਸਟਰੀ ਦੇ ਉਹ ਸਟਾਰ ਜਿਨ੍ਹਾਂ ਦੇ ਕਿ ਗਾਣੇ ਅਤੇ ਫਿਲਮਾਂ ਦੀ ਉਹਨਾਂ ਦੇ ਫੈਨਸ ਨੂੰ ਹੁੰਦੀ ਹੈ ਬੇਹੱਦ ਉਡੀਕ। ਅਤੇ ਦਿਲਜੀਤ ਵੀ ਇੱਕ ਐਸੇ ਸਟਾਰ ਹਨ ਜੋ ਕਿ ਆਪਣੇ ਹਰ ਫੈਨ ਦੀ ਡਿਮਾਂਡ ਸਮੇਂ ਸਿਰ ਪੂਰੀ ਕਰਦੇ ਹਨ। ਜਿੱਥੇ ਕਿ ਉਹ ਆਪਣੇ ਗਾਣਿਆਂ ਨਾਲ ਸਾਰਿਆਂ ਨੂੰ ਐਂਟਰਟੇਨ ਕਰਦੇ ਹਨ, ਉੱਥੇ ਹੀ ਉਹ ਆਪਣੇ ਧਾਰਮਿਕ ਸ਼ਬਦ ਨਾਲ ਵੀ ਲੋਕਾਂ ਦਾ ਦਿਲ ਜਿੱਤ ਜਾਂਦੇ ਹਨ। ਗੱਲ ਕਰਦੇ ਹਾਂ ਉਹਨਾਂ ਦੇ ਆਉਣ ਵਾਲੇ ਨਵੇਂ ਧਾਰਮਿਕ ਟਰੈਕ ਦੀ ਜੋ ਕਿ ਉਹ ਲੈ ਕੇ ਆ ਰਹੇ ਹਨ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ 'ਤੇ। ਦਿਲਜੀਤ ਨੇ ਇਸ ਬਾਰੇ ਕੁਝ ਸ਼ੂਟ ਦੀਆਂ ਪਿਕਸ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਸ਼ੇਅਰ ਕਰਦਿਆਂ ਫੈਨਸ ਨੂੰ ਇਹ ਖਬਰ ਸਾਂਝੀ ਕੀਤੀ। ਜਿੱਥੇ ਦਿਲਜੀਤ ਆਪਣੇ ਗਾਣਿਆਂ ਨਾਲ ਨਵੀਂ ਪੀੜ੍ਹੀ ਨੂੰ ਨਚਾਉਂਦੇ ਹਨ, ਉੱਥੇ ਹੀ ਉਹ ਆਪਣੇ ਧਾਰਮਿਕ ਟਰੈਕ ਨਾਲ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਦਾ ਦਿਲ ਜਿੱਤ ਜਾਂਦੇ ਹਨ। ਸੋ ਚੈਨਲ ਸਤਰੰਗ ਦੀ ਟੀਮ ਵੱਲੋਂ ਦਿਲਜੀਤ ਦੁਸਾਂਝ ਨੂੰ ਉਹਨਾਂ ਦੇ ਆਉਣ ਵਾਲੇ ਇਸ ਧਾਰਮਿਕ ਟਰੈਕ ਲਈ ਬਹੁਤ ਬਹੁਤ ਸ਼ੁਭਕਾਮਨਾਵਾਂ। ਦੱਸ ਦਈਏ ਇਸ ਟਰੈਕ ਦਾ ਨਾਂ ਹੈ ਆਰ ਨਾਨਕ ਪਾਰ ਨਾਨਕ ਸਭ ਥਾਂ ਇੱਕ ਓਂਕਾਰ ਨਾਨਕ, ਅਤੇ ਇਸ ਧਾਰਮਿਕ ਟਰੈਕ ਨੂੰ ਬਲਜੀਤ ਸਿੰਘ ਦੀ ਉਹਨੇ ਡਾਇਰੈਕਟ ਕੀਤਾ ਅਤੇ ਗੁਰਮੋਹ ਨੇ ਇਸ ਦਾ ਮਿਊਜ਼ਿਕ ਕੀਤਾ। ਬਿਊਰੋ ਰਿਪੋਰਟ, ਚੈਨਲ ਸਤਰੰਗ। ਫੋਰ ਮੋਰ ਅਪਡੇਟਸ ਸਬਸਕ੍ਰਾਈਬ ਚੈਨਲ ਸਤਰੰਗ .com।